بسم اللہ الرحمن الرحیم السلام علیکم پروردگار دی رحمتਾਂ برکاتਾਂ تے نعمتاں دے نال اج دی ویڈیو دا آغاز کرنے ہیں جی میں ہنے ہنے نا کمپیوٹر سکرین توں جڑا ہے نا میں اٹھیا کیونکہ میں صبح تقریبا 7 بجے دا کمپیوٹر سکرین تے بیٹھا ہوا سی تے ہن تقریبا ٹائم ہو گیا ہے ਤੁਸੀਂ اگر چیک کرو تے سوا 11 دا ٹائم جڑا ہے نا او ہو گیا تے میں مسلسل یوٹیوب نال جڑا ہے نا او رابطے چا ਔਰ ਮੈਂ ਉਹਨਾਂ ਨਾਲ ਚੈਟ ਕਰਦਾ ਪਿਆ ਸੀ ਕਿਉਂਕਿ ਮੈਂ ਵੈਰੀਫਿਕੇਸ਼ਨ ਪੈ ਨਹੀਂ ਜੜੀ ਹੈ ਨਾ ਤਿੰਨ ਵਾਰੀ ਜਿਆਦਾ ਤੋਂ ਜਿਆਦਾ ਤੁਸੀਂ ਉਹਨੂੰ ਤਿੰਨ ਵਾਰੀ ਜੜਾ ਨਾ ਸੈਂਡ ਕਰਨਾ ਹੁੰਦਾ ਅਗਰ ਪਹਿਲੀ ਵਾਰੀ ਆ ਜਾਵੇ ਠੀਕ ਹੈ ਦੂਸਰੀ ਵਾਰੀ ਆ ਜਾਵੇ ਠੀਕ ਹੈ ਤੀਸਰੀ ਵਾਰੀ ਆ ਜਾਵੇ ਠੀਕ ਹੈ ਵਰਨਾ ਆਨਲਾਈਨ ਜੜਾ ਨਾ ਉਹਨੂੰ ਜਾ ਕੇ ਵੈਰੀਫਾਈਡ ਕਰਨਾ ਹੁੰਦਾ ਹੈ ਤੇ ਮੈਨੂੰ ਉਹਨਾਂ ਨੇ ਚੌਥੀ ਵਾਰ ਵੀ ਜਿਹੜਾ ਨਾ ਰੀਸੈਂਡ ਦਾ ਆਪਸ਼ਨ ਦਿੱਤਾ ਹੋਇਆ ਸੀ ਤੇ ਮੈਂ ਦੁਬਾਰਾ ਫਿਰ ਉਹਨਾਂ ਨੂੰ ਚਾਹ ਚੈਟ ਕੀਤੀ ਚੈਟ ਕਰਨ ਤੋਂ ਬਾਅਦ ਜਨਾਬ ਕਾਫੀ ਦੇਰ ਸਿਰ ਖਪਾ 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 ਕੇ ਕਿਉਂਕਿ ਮੈਂ ਇੰਗਲਿਸ਼ ਤੇ ਜਾਣਦਾ ਨਹੀਂ ਆ ਇਸ ਵਜ੍ਹਾ ਤੋਂ ਮੈਨੂੰ ਹਰ ਉਹਨਾਂ ਦਾ ਆਣ ਵਾਲਾ ਮੈਸੇਜ ਜਿਹੜਾ ਹੈ ਨਾ ਉਹਨੂੰ Google Translate ਤੇ ਜਾ ਕੇ ਉਹਨੂੰ ਮੈਂ ਰੀਡ ਕਰਦਾ ਸੀ ਔਰ ਉਧਰੋਂ ਫਿਰ ਵਾਪਸ ਉਹਨੂੰ ਆ ਕੇ ਰਿਪਲਾਈ ਕਰਨਾ ਤੇ ਫਿਰ ਰਿਪਲਾਈ ਉਰਦੂ ਚ ਕਰਨਾ ਔਰ ਫਿਰ ਉਹਦੀ ਟਰਾਂਸਲੇਟ ਇੰਗਲਿਸ਼ ਵਿੱਚ ਕਰਕੇ ਫਿਰ ਉਹਨੂੰ ਸੈਂਡ ਕਰਨਾ ਤੇ ਮਤਲਬ ਕਾਫੀ ਜ਼ਿਆਦਾ ਹੈ ਨਾ ਜਦੋਜਹਿਦ ਕਰਨੀ ਵੀ ਮੈਨੂੰ ਲੇਕਿਨ ਅਲਹਮਦੁਲਿਲਾ 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 ਮੈਂ ਆਪਣਾ ਮਸਲਾ ਹੱਲ ਕਰਵਾ ਕੇ ਉਹਦੀ ਜਾਨ ਛੱਡੀ ਔਰ ਮੇਰੀ ਪਿੰਨ ਵੈਰੀਫਿਕੇਸ਼ਨ ਜਿਹੜੀ ਹੈ ਉਹ ਅਲਹਮਦੁਲਿਲਾ ਮੁਕੰਮਲ ਹੋ ਗਈ ਹੈ ਹੁਣ ਇੱਕ ਛੋਟਾ ਜਿਹਾ ਮਸਲਾ ਰਹਿ ਗਿਆ ਹੈ ਉਹ ਟੈਕਸ ਫਾਰਮ ਦਾ ਹੈ ਉਹ ਵੀ ਇਨ ਰਿਵਿਊ ਹੈ ਔਰ ਉਹਨਾਂ ਨੇ ਕਿਹਾ ਕਿ ਸੱਤ ਕਾਰੋਬਾਰੀ ਦਿਨ ਮਤਲਬ ਤਕਰੀਬਨ 10 ਦਿਨ ਲੱਗ ਜਾਣਗੇ ਕਿਉਂਕਿ ਦੋ ਛੁੱਟੀਆਂ ਉਹਨਾਂ ਦੇ ਹਫਤਾ ਇਤਵਾਰ ਦੋ ਛੁੱਟੀਆਂ ਆਉਂਦੀਆਂ ਨੇ ਤੇ ਬਾਕੀ ਪੰਜ ਦਿਨ ਬਣਦੇ ਨੇ ਔਰ ਦੋ ਦਿਨ ਵਿੱਚ ਹੋਰ ਐਡ ਕਰਨਗੇ ਤੇ 9-10 ਦਿਨ ਨੂੰ ਬਣ ਜਾਣਗੇ ਔਰ 9-10 ਦਿਨਾਂ ਦੇ ਅੰਦਰ ਅੰਦਰ ਜਿਹੜਾ ਟੈਕਸ ਫਾਰਮ ਦਾ ਮਸਲਾ ਹੈ ਉਹ ਵੀ ਹੱਲ ਹੋ ਜਾਏ ਔਰ ਉਮੀਦ ਹੈ ਕਿ ਮੈਨੂੰ 22 ਤੋਂ 26 ਤਰੀਕ ਦੇ ਅੰਦਰ ਅੰਦਰ ਪੇਮੈਂਟ ਜਿਹੜੀ ਹੈ ਨਾ ਉਹ ਬੜਾ ਤਾਮਨ ਕੀਤਾ ਹੈ ਬੜਾ ਸਪੋਰਟ ਕੀਤੀ ਮੇਰੀ ਔਰ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਹੁਣ ਮੈਂ ਆਪਣੇ ਮਿਸ਼ਨ ਨਾਲ ਜਾ ਰਿਹਾ ਔਰ ਮੈਂ ਆਪਣਾ ਮਿਸ਼ਨ ਜਿਹੜਾ ਹੈ ਉਹ ਇਨਸ਼ਾਅੱਲਾ ਜਾਰੀ ਹੋ ਸਾਰੀ ਰੱਖਣਾ ਹੈ ਕਰਨਾ ਕੀ ਚਾਹਨਾ ਔਰ ਮੇਰਾ ਮਿਸ਼ਨ ਕੀ ਹੈ ਔਰ ਮੈਂ ਉਹਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ ਹੈ ਮੈਂ ਆਮ ਯੂਟਿਊਬਰਾਂ ਤਰ੍ਹਾਂ ਜਾਂ ਆਮ ਉਹਨਾਂ ਲੋਕਾਂ ਤਰ੍ਹਾਂ ਉਸ ਮਿਸ਼ਨ ਨੂੰ ਨਹੀਂ ਲੈ ਕੇ ਚੱਲਣਾ ਜਿਹੜੇ ਬਾਕੀ ਕਰਦੇ ਨੇ ਮੈਂ ਇੱਕ ਯੂਨੀਕ ਤਰੀਕੇ ਨਾਲ ਇੱਕ ਡਿਫਰੈਂਟ ਸਟਾਈਲ ਨਾਲ ਇੱਕ ਡਿਫਰੈਂਟ ਨਿਜ਼ਾਮ ਬਣਾ ਕੇ ਉਸ ਮਿਸ਼ਨ ਨੂੰ ਲੈ ਕੇ ਚੱਲਣਾ ਹੈ ਤੁਸੀਂ ਮੇਰਾ ਸਾਥ ਦੇਣਾ ਹੈ ਔਰ ਤੁਸੀਂ ਜਿਆਦਾ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬਸ ਤੁਹਾਡਾ ਸਿਰਫ ਔਰ ਸਿਰਫ ਮੇਰੇ ਭੈਣ ਭਾਈ ਜਿੰਨੇ ਵੀ ਹਨ ਉਹਨਾਂ ਦਾ ਸਭ ਤੋਂ ਜਿਆਦਾ ਵੱਡਾ ਕੰਮ ਸਿਰਫ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਔਰ ਅੱਗੇ ਸ਼ੇਅਰ ਕਰਨਾ ਹੈ ਔਰ ਰਿਕਮੈਂਡ ਕਰਨਾ ਹੈ ਆਪਣੇ ਫੈਮਿਲੀ ਮੈਂਬਰ ਤੱਕ ਕਰ ਔਰ ਆਪਣੇ ਫਰੈਂਡਾਂ ਤੱਕ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਹਦੇ ਸਬਸਕ੍ਰਾਈਬ ਕਰਨ ਦਾ ਫਾਇਦਾ ਜਿਹੜਾ ਹੈ ਨਾ ਉਹ ਮੇਰੇ ਇਲਾਵਾ ਹੋਰ ਵੀ ਕਈ ਲੋਕਾਂ ਨੂੰ ਹੋਣਾ ਹੈ ਤੁਸੀਂ ਜ਼ਰੂਰ ਵੇਖ ਕੇ ਅਪਰੀਸ਼ੀਏਟ ਕਰੋਗੇ ਥੈਂਕ ਯੂ ਸ਼ੁਕਰੀਆ ਵੈਰੀ ਵੈਲ ਹੁਣ ਤੁਹਾਨੂੰ ਸਵੇ ਅਗਲੇ ਵੀਡੀਓ ਜੀ ਮਿਲਨੇ ਆਉਦੇ ਤਿਕਰ ਸ਼ਬਦ ਹੁਸੈਨ ਤੇ ਉਹਦੀ ਪੂਰੀ ਫੈਮਿਲੀ ਨੂੰ ਜੀ ਤਾ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਪੰਡਾ ਬਨ ਬਨ ਪਿਆਰ ਅੱਲਾ ਫਤ ਮੈਂ ਜ਼ਰੂਰ ਸਮਝਾਇਆ ਕਿ ਮੈਂ ਇਸ ਚੀਜ਼ ਦੀ ਅਪਡੇਟ ਜਿਹੜੀ ਹੈ ਨਾ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਹਾਫੀਦ ਅੱਲਾ ਹਾਫੀਦ